ਔਰ ਸਾਡੇ ਪੰਜਾਬ ਦੇ ਲੋਕਾਂ ਨੇ ਇੱਕ ਕਹਾਣੀ ਸੁਣੀ ਹੋਊਗੀ ਜਿਹੜੀ ਮੈਂ ਸੁਣੀ ਹੈ ਬਚਪਨ ਤੋਂ ਲੈ ਕੇ ਕਈ ਵਾਰ ਸੁਣੀ ਹੈ ਜੀ ਕਿ ਇੱਕ ਵਾਰੀ ਉਠਾ ਵਾਲੇ ਆਏ ਸਨ ਉਹਨਾਂ ਕਿਸੇ ਪਿੰਡ ਚੋਂ ਲੱਸੀ ਮੰਗ ਲਈ ਉਹਨਾਂ ਲੱਸੀ ਪੀ ਆਤੀ ਜਦੋਂ ਉਹ ਚਲੇ ਗਏ ਬਾਅਦ ਘਰ ਦੇ ਜੀ ਰੋਟੀਆਂ ਖਾਣ ਲੱਗੇ ਲੱਸੀ ਵਾਲੇ ਚਾਟੀ ਚ ਹੱਥ ਮਾਰ ਰਿਹਾ ਤੇ ਵੇਖਿਆ ਉਹਦੇ ਵਿੱਚ ਸਬਕ ਕਿਤੇ ਰੜਕਿਆ ਗਿਆ ਸੀ ਉਹ ਮੱਥਾ ਫੜ ਕੇ ਬਹਿ ਗਏ ਕਿ ਵਿਚਾਰੇ ਉਠਾ ਵਾਲੇ ਤਾਂ ਮਾਰ ਗਏ ਹੋਣੇ ਚੌਥੇ ਪੰਜਵੇਂ ਦਿਨ ਤੱਕ ਉਠਾ ਵਾਲੇ ਵਾਪਸ ਆਏ ਤੇ ਆ ਕੇ ਕਹਿੰਦੇ ਜੀ ਤੁਹਾਡੀ ਲੱਸੀ ਬੜੀ ਸਵਾਦ ਸੀ ਲਿਓ ਗਲਾਸ-ਗਲਾਸ ਹੋਰ ਪਿਆ ਦਿਓ ਗੜਬਗੜਵਾ ਤੂੰ ਕਹਿੰਦੇ ਤੁਸੀਂ ਬਚ ਗਏ ਕਦੇ ਸਾਨੂੰ ਕਿਉਂ ਨਾ ਸੀ ਇਹ ਤੁਹਾਨੂੰ ਤੇ ਸਾਨੂੰ ਵੀ ਨਹੀਂ ਪਤਾ ਲੱਗਾ ਲੱਸੀ ਵਿੱਚ ਤੇ ਸੈਪਰੇਟ ਕਰਿਆ ਗਿਆ ਸੀ ਉਹ ਜਿਹੜੇ ਸੈਪਰੇਟ ਕੀਤੇ ਲੱਸੀ ਪੀ ਕੇ ਬਚ ਗਏ ਸਨ ਜੀ ਜਦੋਂ ਉਹਨਾਂ ਦੱਸਿਆ ਗਿਆ ਕਿ ਵਿੱਚ ਸੈਪਰੇਟ ਕਰਿਆ ਗਿਆ ਸੀ ਵਾਰੀ ਵਾਰੀ ਚਾਰੇ ਮਰ ਗਏ ਇਹ ਬੜਾਈ ਕਿਸੇ ਨੇ ਬਾਤ ਹੋ ਸਕਦੀ ਹੈ ਗੱਲ ਸੱਚੀ ਨਹੀਂ ਹੋ ਸਕਦੀ ਜੀ ਪਰ ਸੱਚੀ ਦੇ ਨੇੜੇ ਤੇੜੇ ਆ ਕਈ ਵਾਰੀ ਬੰਦਾ ਉਹਨਾਂ ਬਿਮਾਰੀ ਨਾਲ ਨਹੀਂ ਮਰਦਾ ਜਿੰਨਾ ਬਿਮਾਰੀ ਦੇ ਸਹਮ ਨਾਲ ਮਰਦਾ ਬਿਲਕੁਲ ਸਹੀ ਲੋਕੀ ਘਰਾਂ 'ਚ ਬੈਠੇ ਹੋਣ ਇੱਕ ਖਾਸ ਕਿਸਮ ਦੀ ਮਾਨਸਿਕਤਾ ਰੋਜ਼ ਲਗਾਤਾਰ ਖਬਰਾਂ ਸੁਣ ਸੁਣ ਕੇ ਆਉਂਦੀ ਐ ਸਾਡੇ ਵੀ ਆਉਂਦੀ ਬੰਦੇ ਉੱਤੇ ਅਸਰ ਪੈਂਦਾ ਅਸੀਂ ਵੀ ਬੰਦੇ ਆ ਮੈਂ ਇੱਕੋ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਹੈਗੇ ਆ ਅਸੀਂ ਪੰਜਾਬ ਦੇ ਲੋਕਾਂ ਨੇ ਤਾਂ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਇਹ ਆਖਣਾ ਸਿੱਖਿਆ ਕੀ ਹਾਲ ਚੜ੍ਹਦੀ ਕਲਾ ਚ ਜੇ ਚੜ੍ਹਦੀ ਕਲਾ ਚ ਤੇ ਮੈਂ ਸਾਰੇ ਪੰਜਾਬੀ ਭਰਾਵਾਂ ਭੈਣਾਂ ਨੂੰ ਇਹ ਬੇਨਤੀ ਕਰੂੰਗਾ ਤੁਸੀਂ ਆਪ ਚੜ੍ਹਦੀ ਕਲਾ ਚ ਰਹੋ ਜਿਹੜੇ ਭਾਰਤੀ ਲੋਕ ਤੁਹਾਡੇ ਆਣ ਗੁਆਂਢ ਵਸਦੇ ਉਹਨਾਂ ਨੂੰ ਕਹੋ ਚੜ੍ਹਦੀ ਕਲਾ ਚ ਰਹਿ ਬਾਕੀਆਂ ਨੂੰ ਦੂਸਰਿਆਂ ਨੂੰ ਵੀ ਦੱਸੋ ਇਸ ਸੰਕਟ ਦੇ ਸਮਿਆਂ ਚ ਚੜ੍ਹਦੀ ਕਲਾ ਚ ਰਹਿਣਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਬੁਲੰਦ ਕਰਨਾ ਇਹ ਬਹੁਤ ਜ਼ਰੂਰੀ ਆ ਮੈਂ ਇਹੋ ਬੇਨਤੀ ਕਰੂੰਗਾ ਕਿ ਮਨ ਨੂੰ ਨਾ ਥੜਕਣ ਦਿਓ ਆਪਾਂ ਇਸ ਮੁਸ਼ਕਲ ਤੋਂ ਪਾਰ ਲੰਘਾਂਗੇ ਜੀ ਬਹੁਤ ਸੋਧ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਮੈਂ ਇਸ ਨਾਲ ਹੀ ਇਸ ਪ੍ਰੋਗਰਾਮ